ਅਸਾਂ ਯਾਰ ਦਾ ਮਜ਼ਹਬ ਕਬੂਲ ਕੀਤਾ। ਕੁਰਾਨ ਹਦੀਸ ਵਿੱਚੋਂ ਇਹ ਸਬੂਤ ਲੈ ਕੇ ਆਪਣੀ ਪਛਾਣ ਦਾ ਸਮਾਨ ਕੀਤਾ। ਮੁਰਸ਼ਦ ਕਾਮਲ ਨੇ ਪਹਿਚਾਣ ਕਰਾ ਦਿੱਤੀ। ਚੌਵਾਂ ਵਿੱਚ ਪੰਜਵਾਂ ਮਹੀਤ ਕੀਤਾ। ਇਹ ਪੰਜਾਂ ਦੀ ਖੇਡ ਹੈ ਸਹੀ ਲਗਾ, ਇਹ ਪੰਜਾਂ ਦੀ ਖੇਡ ਹੈ ਸਹੀ ਲੋਕਾ। ਸਾਈ ਨਜ਼ੀਰ ਦੇ ਵਿੱਚ ਧਿਆਨ ਕੀਤਾ। ਸੋਹਣੇ ਰੱਬ ਦੇ ਆ ਮਹਿਬੂਬਾ, ਸੋਹਣੇ ਰੱਬ ਦੇ ਆ ਮਹਿਬੂਬਾ, ਤੇਰੀ ਕੀ ਸਿਫਤ ਸੁਣਾਵਾਂ। ਮਹਿਬੂਬਾ ਤੇਰੀ ਕੀ ਸਿਫਤ ਸੁਣਾਵਾਂ। ਵਦੁਹਾਦਾ ਤੇਰਾ ਏ ਨਾਲ ਤੇਰੀਆਂ ਪਾਕ ਅਦਾਵਾਂ, ਯਾ ਰਸੂਲ ਅੱਲਾ ਜੀ, ਯਾ ਹਬੀਬ ਅੱਲਾ ਜੀ। ਮਹਿਬੂਬਾ ਸੋਹਣੇ ਰੱਬ ਦੇ ਮਹਿਬੂਬਾ, ਤੇਰੀ ਕੀ ਸਿਫਤ ਸੁਣਾਵਾਂ। ਵਦੁਹਾਦਾ ਤੇਰਾ ਏ ਨਾਲ ਤੇਰੀਆਂ ਪਾਕ ਅਦਾਵਾਂ, ਯਾ ਰਸੂਲ ਅੱਲਾ ਜੀ, ਯਾ ਹਬੀਬ ਅੱਲਾ। ਕੁਰਾਨ ਸੁਣਾਵਾਂ ਵਦੁਹਾਦਾ ਤੇਰਾ ਏ ਨਾਲ ਤੇਰੀਆਂ ਪਾਕ ਅਦਾਵਾਂ, ਯਾ ਰਸੂਲ।
ਨਾਲੋਂ ਵੱਧ ਕੇ ਤੇ ਜੰਨਤ ਨਾਲੋਂ ਵੱਧ ਕੇ ਤੇ ਸਹਿਬਾ ਦੀਆਂ ਠੰਡੀਆਂ ਛਾਵਾਂ ਜੰਨਤ ਨਾਲ ਵੱਧ ਕੇ ਜਾਨ ਦੀ ਨਹੀਂ ਪਰਵਾਹ ਕਰਨੀ
ਪਰਵਾ ਕਰਨੀ ਭਾਵੇਂ ਤਨ ਤੋਂ ਮਾਸ ਜਦਾ ਹੋਵੇ ਤਨ ਦੀ ਨਹੀਂ ਆ ਜਾਨ ਦੀ ਨਹੀਂ ਪਰਵਾ ਕਰਨੀ ਭਾਵੇਂ ਤਨ ਤੋਂ ਮਾਸ ਜਦਾ ਹੋਵੇ ਸੱਚ ਆਖਣ ਤੋਂ ਆਸ਼ਿਕ ਨਹੀਂ ਡਰਦੇ ਸੱਚ ਆਖਣ ਤੋਂ ਆਸ਼ਿਕ ਨਹੀਂ ਡਰਦੇ ਭਾਵੇਂ ਅੱਗ ਦਾ ਸਾਹਮਣੇ ਦਰਿਆ ਹੋਵੇ ਸੱਚ ਆਖਣ ਤੋਂ ਆਸ਼ਿਕ ਨਹੀਂ ਡਰਦੇ ਸੱਚ ਆਖਣ ਤੋਂ ਆਸ਼ਿਕ ਨਹੀਂ ਡਰਦੇ ਭਾਵੇਂ ਅੱਗ ਦਾ ਸਾਹਮਣੇ ਦਰਿਆ ਹੋਵੇ ਬਿਨ ਇਸ਼ਕ ਆਬਾਦ ਤਾਂ ਹੋਣ ਜ਼ਾਇਆ ਬਿਨਾਂ ਇਸ਼ਕ ਆਬਾਦ ਤਾਂ ਹੋਣ ਜ਼ਾਇਆ ਬਿਨਾਂ ਇਸ਼ਕ ਦੇ ਨਾ ਕੋਈ ਨਮਾਜ਼ ਹੋਵੇ ਬਿਨਾਂ ਇਸ਼ਕ ਆਬਾਦ ਤਾਂ ਹੋਣ ਜ਼ਾਇਆ ਬਿਨਾਂ ਇਸ਼ਕ ਦੇ ਨਾ ਕੋਈ ਨਮਾਜ਼ ਹੋਵੇ ਇਸ਼ਕ ਹੋਇਆ ਤੇ ਅਕਰਮ ਫਕੀਰ ਬਣਿਆ